ਕਹਿਣ ਦਾ ਭਾਵ ਕਿ ਇਹ ਛਾਵੇਂ ਜਿਹੜੀ ਉਹ ਠੀਕ ਰਹਿੰਦੀ ਹੈ ਅਤੇ ਵਧੀਆ ਸਾਗ ਅਤੇ ਸੁੱਖ ਨਾਲ ਵਧੀਆ ਹੋ ਗਿਆ ਜੀ। ਅਤੇ ਆਹ ਬੂਟੇ ਵੱਧ ਗਏ ਸੀ ਬੈਂਗਣਾਂ ਅਤੇ ਗੇਦੇ 'ਚ ਵੀ ਲਾਤਾ ਸੀ, ਇੰਚ ਤੋਂ ਪਾ ਕੇ ਨਾ ਮਤਲਬ ਚੁੰਡੀ ਤਰ੍ਹਾਂ ਰੱਖ ਕੇ ਮੁੜ ਕੇ ਆਪਾਂ ਇਹਨੂੰ ਦੱਬੀ ਦੇਣਾ। ਵੈਸੇ ਆਪਣੇ ਕਿਸਾਨ ਭਰਾ ਜਿਹੜੇ ਉਹਨਾਂ ਨੂੰ ਤਾਂ ਪਤਾ ਹੀ ਕਿਵੇਂ। ਆਪਾਂ ਕੋਲ ਆ ਨੇ ਜੀ ਮੂੰਗਰਿਆਂ ਦੇ ਬੀਜ, ਇੱਕ ਪੈਕਟ ਲਿਆਂਦਾ ਸੀ ਇਹ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵਲੋਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਆਪਾਂ ਜੀ ਛੱਤ 'ਤੇ ਖੜ੍ਹੇ ਹਾਂ ਅਤੇ ਤੁਹਾਨੂੰ ਪਤਾ ਦੇਖੋ ਜੀ ਆਪਾਂ ਬੀਜੀਆਂ ਹੋਈਆਂ ਨੇ ਛੱਤ 'ਤੇ, ਔਰਗੈਨਿਕ ਸਬਜ਼ੀਆਂ ਔਰਗੈਨਿਕਲੀ ਆਪਾਂ ਤਿਆਰ ਕਰ ਰਹੇ ਹਾਂ। ਅਤੇ ਮੈਂ ਸੋਚਿਆ ਸੀ ਵੀ ਚਲੋ ਜਦੋਂ ਆਪਣੀਆਂ ਸਬਜ਼ੀਆਂ ਥੋੜ੍ਹੀਆਂ ਵੱਡੀਆਂ ਹੋ ਜਾਣੀਆਂ ਅਤੇ ਤੁਹਾਨੂੰ ਆਪਾਂ ਰਿਵਿਊ ਦੇਵਾਂਗੇ, ਅਤੇ ਰਿਵਿਊ ਬਿਲਕੁਲ ਜੋ ਵੀ ਹੈਗਾ ਜਿਸ ਤਰ੍ਹਾਂ ਦੀ ਐਜ਼ ਇਟ ਇਜ਼ ਉਵੇਂ ਦਿਖਾਵਾਂਗੇ। ਅਤੇ ਆਪਾਂ ਇਹਨਾਂ ਦੇ ਵਿੱਚ ਆਪਣਾ ਪਹਿਲਾਂ ਜਦੋਂ ਆਪਾਂ ਲਾਸਟ ਟਾਈਮ ਗਰਮੀਆਂ ਦੀਆਂ ਸਬਜ਼ੀਆਂ ਬੀਜੀਆਂ ਸੀਗੀਆਂ ਉਦੋਂ ਇਹਨਾਂ 'ਚ ਨਿੰਮ ਖਲੀ ਵਗੈਰਾ ਅਤੇ ਸਰ੍ਹੋਂ ਦੀ ਖਲ ਪਾਈ ਸੀਗੀ, ਅਤੇ ਹੁਣ ਇਹਨਾਂ 'ਚ ਆਪਾਂ ਕੁਛ ਨਹੀਂ ਪਾਇਆ, ਐਜ਼ ਇਟ ਇਜ਼ ਆਪਾਂ ਗਡਾਈ ਕਰਕੇ ਇਹਨਾਂ ਦੀ ਬੀਜਤੀ ਸੀਗੀ। ਪਾਲਕ ਸਾਰਾ ਕੁਛ ਤੁਹਾਨੂੰ ਵਿਖਾਉਣਾ ਜੀ ਮੈਂ। ਸਭ ਤੋਂ ਪਹਿਲਾਂ ਵੇਖੋ ਜੀ ਪਾਲਕ, ਪਾਲਕ ਆਹ ਸਿਰਿਆਂ ਦੇ ਜਿੱਥੇ ਆ ਜਿਵੇਂ ਇਹਦਾ ਕਵਰ ਜਿਹਾ ਰਹਿੰਦਾ ਜੀ ਆ ਗਰੋ ਬੈਗ ਦਾ, ਉੱਥੇ ਤਾਂ ਛਾਵੇਂ ਛਾਵੇਂ ਜਿਹੜੀ ਵੱਡੀ ਹੋ ਗਈ। ਕਹਿਣ ਦਾ ਭਾਵ ਕਿ ਇਹ ਛਾਵੇਂ ਜਿਹੜੀ ਉਹ ਠੀਕ ਰਹਿੰਦੀ ਹੈ ਅਤੇ ਵਧੀਆ ਜਿਹੜੀ ਮਤਲਬ ਵਾਧਾ ਇਹਦਾ ਬਿਲਕੁਲ ਵਧੀਆ ਹੁੰਦਾ। ਅਤੇ ਆਹ ਵੇਖੋ ਇੱਥੇ ਵਿੱਚ ਜੇ ਨਾ ਮੁਰਝਾਉਣ ਵੀ ਲੱਗ ਗਈ ਹੈ ਇਹ। ਮੰਮੀ ਜ਼ਿਆਦਾ ਗਰਮੀ ਕਰਕੇ ਹੋਊ ਫਿਰ ਹੈਂ? ਅੱਛਾ ਜੀ ਠੀਕ ਹੈ ਜੀ, ਇਹ ਗਰਮੀ ਕਰਕੇ ਆ ਜੀ। ਅਤੇ ਇੱਧਰ ਬੈਂਗਣ ਲਾਏ ਸੀਗੇ ਆਪਾਂ, ਆਹ ਤਾਂ ਪੁਰਾਣੇ ਨੇ ਜੀ ਬੂਟੇ, ਅਤੇ ਆਹ ਬੈਂਗਣਾਂ ਦੇ ਬੂਟੇ ਕੁਝ ਕੁ ਸੜ ਗਏ ਨੇ ਆਹ ਦੇਖੋ। ਅਤੇ ਆਹ ਜਿਹੜੇ ਆ ਛਾਵੇਂ ਰਹੇ ਨੇ, ਮਤਲਬ ਕਹਿਣ ਦਾ ਕਿ ਮੈਨੂੰ ਇੰਝ ਲੱਗਦਾ ਆਪਣੇ ਐਕਸਪੈਰੀਮੈਂਟ ਤੋਂ ਕਿ ਜਿਹੜੀਆਂ ਵੇਖੋ ਹੁਣ ਛਾਵੇਂ ਨਵੀਆਂ ਜਿਹੜੇ ਬੂਟੇ ਨੇ ਆ ਲੱਗੇ, ਇਹਨਾਂ ਦੀ ਨਵੀਆਂ ਫੋਟੋਆਂ ਫੁੱਟਦੇ ਪਏ, ਨਵੇਂ ਪੱਤੇ ਨਿਕਲ ਆਏ ਨੇ, ਆਹ ਵੀ ਨਿਕਲੇ ਨੇ ਕੁਝ ਨਵੇਂ, ਅਤੇ ਇੱਧਰ ਵੀ ਇਹ। ਸੋ ਜਿਹੜੇ ਜਿਹੜੇ ਛਾਵੇਂ ਨੇ ਉਹ ਠੀਕ ਰਹਿੰਦੇ ਨੇ ਜੀ, ਬਾਕੀ ਚੀਜ਼ਾਂ ਸਹੀ ਨਹੀਂ। ਮਤਲਬ ਹੁਣ ਜਿਵੇਂ ਆਹ ਮੇਥੀ ਹੈ ਜੀ, ਇਹਨੂੰ ਮੈਂ ਉੱਥੋਂ ਘੜੀਸ ਕੇ ਇੱਧਰ ਕਰਤਾ ਜੀ ਆਹ ਛਾਵੇਂ, ਮੇਥੀ ਵਿੱਚ ਵਿੱਚ ਮਰਦੀ ਪਈ ਹੈ, ਖੱਟੇ ਫੁੱਲਾਂ ਵਾਲੀ ਮੇਥੀ ਹੈ, ਬਚਾਅ ਰਹਿ ਜੂਗਾ ਮੈਂ ਹੁਣ ਛਾਵੇਂ ਕਰਤੀ। ਜਿੰਨੀ ਕੁ ਹੈਗੀ ਹੈ ਇੰਨੀ ਵੀ ਹੋ ਜਾਏ ਤਾਂ ਵਾਧੂ ਸੰਘਣੀ ਹੈ ਜੀ, ਇਹ ਦੇਖੋ ਵਿੱਚ ਵਿੱਚ ਇਹ ਵੀ ਮਰ ਰਹੀ ਮੇਥੀ। ਅਤੇ ਇੱਧਰ ਪਾਲਕ ਹੈ, ਇਹ ਵੀ ਧੁੱਪੇ ਆ ਜਿੱਥੇ ਉੱਥੇ ਉੱਥੇ ਬੂਟੇ ਇਹਦੇ ਮੁਰਝਾ ਰਹੇ ਨੇ, ਬਾਕੀ ਆ ਠੀਕ ਨੇ ਆਹ ਦੇਖੋ। ਅਤੇ ਬੈਂਗਣ ਵੀ ਠੀਕ, ਇੱਧਰ ਆ ਜਿਹੜਾ ਇੱਕ ਅਲੱਗ ਲਾਇਆ ਸੀਗਾ, ਆਹ ਲਾਈਆਂ ਸਨ ਆਪਾਂ ਮੂਲੀਆਂ ਜੀ। ਆਹ ਕੰਧ ਆ ਸਾਹਮਣੇ, ਕੰਧ ਦੀ ਓਟ 'ਚ ਰਹਿੰਦਾ ਛਾਂ ਰਹਿੰਦੀ ਹੈ, ਅਤੇ ਇੱਥੇ ਮੂਲੀਆਂ ਵੀ ਬਿਲਕੁਲ ਠੀਕ ਹੋ ਜਾਣੇ, ਇੱਕ ਵੀ ਜਿਹੜਾ ਬੀਜ ਉਹ ਖਰਾਬ ਨਹੀਂ ਗਿਆ, ਮੂਲੀਆਂ ਤਾਂ ਸਾਰੀਆਂ ਬਿਲਕੁਲ ਸਹੀ ਜੰਮ ਗਈਆਂ ਨੇ। ਅਤੇ ਆਹ ਬੈਂਗਣ ਨੇ ਜੀ, ਹੁਣ ਤੁਹਾਨੂੰ ਦੂਜੇ ਪਾਸੇ ਵਿਖਾਉਣਾ ਜਿਹੜੀਆਂ ਹੋਰ ਵੀ ਸਬਜ਼ੀਆਂ ਲਾਈਆਂ ਸੀਗੀਆਂ ਜੀ, ਇਹਦੇ 'ਚ ਵੀ ਇੱਕ ਬੈਂਗਣ ਲਾਇਆ ਸੀ ਆਪਾਂ ਬੂਟੇ ਦੇ ਵਿੱਚ। ਆਹ ਗਰੋ ਬੈਗ ਦੇ ਵਿੱਚ ਆਪਾਂ ਲਾਇਆ ਸੀਗਾ ਧਨੀਆ, ਪਰ ਹੋਇਆ ਨਹੀਂ ਦੇਖੋ ਜੀ, ਫੁੱਲ ਕੇ ਵੀ ਵੇਖ ਲਿਆ ਬਿਲਕੁਲ ਨਹੀਂ ਜੰਮਿਆ। ਹੁਣ 10-15 ਦਿਨਾਂ ਦੇ ਵਿੱਚ ਨਹੀਂ ਜੰਮਿਆ ਤਾਂ ਮਤਲਬ ਇਹਨੇ ਨਹੀਂ ਹੋਣਾ ਜੀ, ਅਤੇ ਇਹਦੀ ਜਰਮੀਨੇਸ਼ਨ ਨਹੀਂ ਹੋਈ। ਇੱਥੇ ਆਪਾਂ ਦੁਬਾਰੇ ਲਾਉਂਦੇ ਹੁਣੇ ਜੀ। ਅਤੇ ਆਹ ਰਿਹਾ ਜੀ ਸਾਗ, ਆਪਣਾ ਸਾਗ ਤਾਂ ਸੁੱਖ ਨਾਲ ਵਧੀਆ ਹੋ ਗਿਆ ਜੀ, ਅਤੇ ਆਹ ਬੂਟੇ ਵੱਧ ਗਏ ਸੀ ਬੈਂਗਣਾਂ ਦੇ ਗੇਦੇ 'ਚ ਵੀ ਲਾਤਾ ਸੀ ਆਹ ਜੀ ਸਾਗ। ਧਨੀਆ ਜੇ ਕਿਸੇ ਨੇ ਲਾਸਟ ਵੀਡੀਓ ਵੇਖੀ ਸੀ, ਧਨੀਆ ਆਪਾਂ 2 ਤਰੀਕਿਆਂ ਨਾਲ ਲਾਇਆ ਸੀਗਾ ਜੀ। ਇੱਕ ਆਪਾਂ ਲਾਇਆ ਸੀਗਾ ਇਹਦੇ 'ਚ ਜਿਹੜਾ ਜੀ ਆਪਾਂ ਛੱਟਾ ਦਿੱਤਾ ਸੀਗਾ, ਅਤੇ ਇੱਧਰ ਇਹਦੇ ਆਹ ਰੋਗ ਦੇ ਗਰੋ ਬੈਗ ਦੇ ਵਿੱਚ ਆਪਾਂ ਜਿਹੜਾ ਚੁੰਡੀਆਂ ਨਾਲ ਲਾਇਆ ਸੀਗਾ। ਅਤੇ ਆਹ ਦੇਖੋ ਇੱਥੇ ਕੋਈ ਕੋਈ ਦਾਣਾ ਜਿਹੜਾ ਹੋਇਆ ਜੀ, ਆਹ ਵੇਖੋ ਸਿਰਫ 2-3 ਥਾਵਾਂ 'ਤੇ ਉੱਗਿਆ ਜੀ ਆਹ ਜਿਵੇਂ ਆਹ ਹੈ, ਬਾਕੀ ਨਹੀਂ ਹੋਇਆ। ਅਤੇ ਆਹ ਪੁਦੀਨਾ ਜੀ, ਇਹ ਤਾਂ ਪੂਰਾ ਤੱਕੜ, ਇਹਨੂੰ ਤਾਂ ਕੁਛ ਵੀ ਨਹੀਂ ਹੁੰਦਾ ਜੀ। ਬਾਕੀ ਆਹ ਬੈਂਗਣ ਆਪਾਂ ਅੱਡ ਅੱਡ 3 ਗਰੋ ਬੈਗਾਂ 'ਚ ਲਾਏ ਸਨ ਜੀ, ਇਹ ਵੀ ਬੈਂਗਣ ਵਧੀਆ ਹੋ ਰਹੇ ਨੇ। ਅਤੇ ਬਸ ਹੁਣ ਉਹਨਾਂ ਦੀ ਮੈਂ ਕੱਲ੍ਹ ਸ਼ਾਮ ਤੱਕ ਗਡਾਈ ਕਰ ਦਾਂਗਾ, ਜੇ ਥੋੜ੍ਹਾ ਜਿਹਾ ਗਿੱਲਾ ਹੈ ਜੀ। ਅਤੇ ਇਹਨਾਂ ਨੂੰ ਵੀ ਵੇਖੋ ਨਵੇਂ ਪੱਤੇ ਆ, ਗਰੋਥ ਨਵੀਂ ਨਿਕਲਦੇ ਪਏ ਨੇ ਆਹ ਵੇਖੋ। ਆਹ ਖਰਾਬ ਹੋ ਗਿਆ ਸੀਗਾ ਜੀ, ਆਹ ਚਾਦਰ ਜਿਹੜੀ ਇੱਧਰੋਂ ਇੱਧਰ ਵੱਜ ਗਈ ਸੀ ਇਹਦੇ, ਅਤੇ ਖਰਾਬ ਹੋ ਗਿਆ ਸੀਗਾ, ਪਰ ਇਹ ਦੁਬਾਰੇ ਉੱਗ ਗਿਆ, ਇੱਕ ਵੱਡਾ ਵੱਡਾ ਪੱਤਾ ਇਹਦਾ ਝੜ ਗਿਆ ਸੀਗਾ। ਸੋ ਇਹ ਨਹੀਂ ਜੀ ਆਪਣੀਆਂ ਸਬਜ਼ੀਆਂ, ਕਿੰਨੀਆਂ ਆਈਟਮਾਂ ਆ ਗਈਆਂ ਜੀ ਦੇਖੋ, ਕਰੋ ਚੈੱਕ। ਆਪਣੇ ਪਾਲਕ ਆ ਗਈ, ਮੇਥੀ ਆ ਗਈ, ਸਾਗ ਆ ਗਿਆ, ਬੈਂਗਣ ਆ ਗਏ ਜੀ, ਮੂਲੀਆਂ ਆ ਗਈਆਂ, ਹੈ ਨਾ, ਕਿੰਨੀਆਂ ਆਈਟਮਾਂ ਆਪਾਂ ਲਾਈਆਂ ਨੇ। ਅਤੇ ਧਨੀਆ ਮੈਂ ਦੁਬਾਰੇ ਬੀਜ ਦਿੰਦਾ ਜੀ ਅੱਜ,
ਤੇ ਨਾਲ ਨਾਲ ਆਪਾਂ ਮੂੰਗਰੇ ਵੀ ਥੋੜ੍ਹੇ ਜਿਹੇ ਬੀਜਾਂਗੇ ਜੀ, ਮੂੰਗਰੇ ਬੀਜ ਦਿੰਦੇ ਹਾਂ। ਅਤੇ ਆਈਟਮਾਂ ਤਾਂ ਬਹੁਤ ਨੇ ਜੇ, ਸਾਰੀਆਂ ਚੱਲ ਪੈਣ ਤਾਂ ਇੱਕ ਹਫ਼ਤਾ ਲਗਾਤਾਰ ਸਬਜ਼ੀ ਵੈਸਾ ਚੱਲ ਸਕਦੀ ਹੈ। ਵੈਸੇ ਜੇ ਆਪਾਂ ਜਦੋਂ ਸਾਗ ਬਣਾਉਂਦੇ ਹਾਂ ਅਤੇ ਸਾਗ ਤਾਂ ਆਪਣਾ ਇੱਕ ਵਾਰੀ ਬਣ ਗਿਆ, ਉਹਨੂੰ ਫਿਰ ਬਾਅਦ 'ਚੋਂ ਜਿੱਦਣ ਬਣਾਉਂਦੇ ਹਾਂ ਉਦੋਂ ਬਾਅਦ 2-3 ਦਿਨ ਵੀ ਚੱਲਦਾ ਰਹਿੰਦਾ ਜੀ, ਤੜਕੇ ਲਾ ਲਾ ਕੇ, ਹੈ ਨਾ ਜੀ। ਤਾਂ ਹੁਣ ਆਪਾਂ ਚਲੋ ਬੀਜ ਦਿੰਦੇ ਹਾਂ ਜੀ, ਆਪਾਂ ਧਨੀਆ ਬੀਜਦੇ ਹਾਂ। ਜਿੱਥੇ ਆਪਾਂ ਪਹਿਲਾਂ ਧਨੀਆ ਬੀਜਿਆ ਸੀਗਾ ਉਹੀ ਗਰੋਅ ਬੈਗ ਹੈ, ਅਤੇ ਆਪਾਂ ਦੁਬਾਰਾ ਇਹ 'ਚ ਬੀਜ ਦਿੰਦੇ ਹਾਂ ਚੁੰਡੀਆਂ ਨਾਲ। ਬਣਾਉਣਾ ਆਪਾਂ ਇਹਨੂੰ ਸਾਰਿਆਂ ਨੂੰ ਔਰਗੈਨਿਕ ਆ, ਦੇਖੋ ਜੀ ਚੁੰਡੀਆਂ ਥੋੜ੍ਹਾ ਥੋੜ੍ਹਾ ਮੁੜ ਕੇ 4-4 ਇੰਚ ਤੋਂ ਪਾ ਕੇ ਨਾ, ਮਤਲਬ ਚੁੰਡੀ ਇਸ ਤਰ੍ਹਾਂ ਰੱਖ ਕੇ ਮੁੜ ਕੇ ਆਪਾਂ ਇਹਨੂੰ ਦੱਬੀ ਦੇਣਾ। ਵੈਸੇ ਆਪਣੇ ਕਿਸਾਨ ਭਰਾ ਜਿਹੜੇ, ਉਹਨਾਂ ਨੂੰ ਤਾਂ ਪਤਾ ਹੀ ਕਿਵੇਂ ਬੀਜੀਦਾ, ਅਤੇ ਜਿਹੜੇ ਕੋਈ ਨਵੇਂ ਕੋਈ ਗਰੋਅ ਬੈਗ 'ਚ ਜਾਂ ਸ਼ਹਿਰੀ ਏਰੀਏ ਜਿਹੜੇ ਬੀਜ ਰਹੇ ਨੇ ਉਹਨਾਂ ਵਾਸਤੇ ਦੱਸ ਰਹੇ ਹਾਂ ਜੀ। ਲਓ ਸੰਘਣਾ ਕਰਕੇ ਥੋੜ੍ਹਾ ਜਿਹਾ ਬੀਜ ਦਿੰਦੇ ਹਾਂ ਚੁੰਡੀਆਂ ਨਾਲ, ਕਿਉਂਕਿ ਜੇ ਕਿਸੇ ਵੇਲੇ ਇੱਕ ਬੀਜ ਦੀ ਜਰਮੀਨੇਸ਼ਨ ਨਹੀਂ ਹੁੰਦੀ ਦੂਜੀ ਦੀ ਹੋ ਜਾਂਦੀ ਹੈ। ਅਤੇ ਆਪਾਂ ਇਹ ਮਤਲਬ ਪੈਕਟ ਲਿਆਂਦਾ ਸੀਗਾ ਇਸ ਤਰ੍ਹਾਂ ਹੀ, ਅਤੇ ਤਕਰੀਬਨ ਮੇਰੇ ਹਿਸਾਬ ਨਾਲ ਇਹ 20-25 ਗ੍ਰਾਮ ਹੋਣਾ, ਜ਼ਿਆਦਾ ਨਹੀਂ ਹੈਗਾ ਜੀ। ਇਹ ਲਾਤਾ ਜੀ ਆਪਾਂ ਧਨੀਆ, ਅਤੇ ਵੈਸੇ ਧਨੀਆ ਜਿਹੜਾ ਹੁੰਦਾ ਨਾ ਹੈ ਥੋੜ੍ਹਾ ਜਿਹਾ ਕਰੜਾ ਹੁੰਦਾ ਜੀ, ਛੇਤੀ ਜਿਹੜਾ ਜੰਮਦਾ ਨਹੀਂ ਗਾ, ਉਹਦਾ ਬੀਜ ਜਿਹੜਾ ਜਰਮੀਨੇਸ਼ਨ ਨਹੀਂ ਹੁੰਦੀ, ਟਾਈਮ ਕਾਫੀ ਲੱਗਦਾ ਜੀ ਇਹਨੂੰ। ਤਕਰੀਬਨ ਬਾਹਰ ਨਿਕਲਦੇ ਜੀ 7-8 ਦਿਨ ਲੱਗ ਜਾਂਦੇ ਆ ਜੀ ਘੱਟ ਤੋਂ ਘੱਟ। ਲਓ ਲਾਤਾ ਆਪਾਂ ਧਨੀਆ। ਲਓ ਜੀ ਇੱਕ ਨਾ ਗਰੋਅ ਬੈਗ ਆਪਣੇ ਕੋਲ ਆ, ਦੇਖੋ ਪਿਆ ਸਾਹਮਣੇ, ਇਹ ਕਾਫੀ ਟਾਈਮ ਦਾ ਖਾਲੀ ਹੈ, ਅਤੇ ਇਹਦੇ ਵਿੱਚ ਮੈਂ ਕਿਹਾ ਚਲੋ ਲਾਉਂਦੇ ਆਪਾਂ। ਇਹ 'ਚ ਨਾ ਪਹਿਲਾਂ ਨਿੰਬੂ ਦਾ ਬੂਟਾ ਲੈਣ ਕੇ ਲਾਇਆ ਸੀਗਾ ਜੀ ਆਪਾਂ, ਅਤੇ ਉਹ ਖਰਾਬ ਹੋ ਗਿਆ ਜੀ ਸਾਰਾ, ਅਤੇ ਸੁੱਕ ਗਿਆ ਗਰਮੀ ਨਾਲ, ਕੁਛ ਹਨੇਰੀ ਵਗੈਰਾ ਜੀ ਉਹਦੀਆਂ ਜੜ੍ਹਾਂ ਹਿੱਲੀਆਂ ਸੀਗੀਆਂ। ਅਤੇ ਆਪਾਂ ਕੋਲ ਆ ਨੇ ਜੀ ਮੂੰਗਰਿਆਂ ਦੇ ਬੀਜ, ਇੱਕ ਪੈਕਟ ਲਿਆਂਦਾ ਸੀ, ਇਹ 10 ਰੁਪਏ ਦਾ ਪੈਕਟ ਆ ਜਾਂਦਾ ਜੀ, 10-20 ਰੁਪਏ ਦੇ ਵਿੱਚ ਵਿੱਚ। ਅਤੇ ਇਹਦੇ 'ਚ ਵੀ ਆਪਾਂ ਚੁੰਡੀਆਂ ਨਾਲ 2-2-3-3 ਬੀਜ ਲੈ ਕੇ ਲਾ ਦਿੰਦੇ ਹਾਂ। ਹਰੇਕ ਬੀਜ ਮੈਂ ਥੋੜ੍ਹਾ ਐਕਸਟਰਾ ਤਾਂ ਬੀਜਦਾ ਜੀ, ਕਿਸੇ ਵੇਲੇ ਇੱਕ ਬੀਜ ਦੀ ਜਰਮੀਨੇਸ਼ਨ ਨਹੀਂ ਹੁੰਦੀ ਤਾਂ ਫਿਰ ਦੂਜੇ ਦੀ ਹੋ ਜਾਂਦੀ ਜੀ। ਆ ਲਓ ਜੀ ਇਹ 'ਚ ਆਪਾਂ 7-8 ਚੁੰਡੀਆਂ ਲਾ ਦਿੰਦੇ ਹਾਂ, ਉਹੀ 4-4, 5-5 ਇੰਚ ਦੀ ਵਿੱਥ 'ਤੇ ਲਾ ਦਾਂਗੇ ਜੀ। ਬਸ 1.5 ਇੰਚ ਤੋਂ ਡੂੰਘਾ ਬੀਜਣਾ ਜਾਵੇ ਜੀ, ਵੱਧ ਘੱਟ ਹੀ ਰੱਖੋ ਜੀ। ਇਸ ਤਰ੍ਹਾਂ ਕਰਕੇ ਲਾ ਦਿੰਦੀ ਹਾਂ ਜੀ, ਅਤੇ ਇੱਕ ਲਾ ਦਿੰਦੇ ਹਾਂ ਵਿਚਕਾਰ। ਲਓ ਜੀ ਨਾਲੇ ਆਪਾਂ ਤੁਹਾਨੂੰ ਵਿਖਾ ਤੀ ਅੱਜ ਕੰਡੀਸ਼ਨ ਸਬਜ਼ੀਆਂ ਦੀ, ਜਿਹੜੀਆਂ ਔਰਗੈਨਿਕ ਬੀਜੀਆਂ ਨੇ, ਅਤੇ ਜੋ ਹੈਗਾ ਜੀ ਰੀਅਲ ਜੀ ਔਰਗੈਨਿਕ ਨੇ ਬਿਲਕੁਲ। ਸੋ ਸਮਟਾਈਮ ਪਤਾ ਕੀ ਹੁੰਦਾ ਜੀ, ਜਦੋਂ ਆਪਾਂ ਔਰਗੈਨਿਕ ਸਬਜ਼ੀਆਂ ਬੀਜਦੇ ਹਾਂ ਜੀ, ਇਹ ਇਸ਼ੂ ਆ ਜਾਂਦਾ, ਜਿਵੇਂ ਮੰਨ ਲਓ ਵੀ ਆਪਾਂ ਮਿੱਟੀ ਲੈ ਕੇ ਆਉਂਦੀ ਹੈ ਜੀ, ਅਕਸਰ ਨੂੰ ਖੇਤ 'ਚੋਂ ਮਿੱਟੀ ਆਈ ਹੈ ਜੀ, ਉਹ ਮਿੱਟੀ ਜਿਹੜੀ ਅੱਜ ਕੱਲ੍ਹ ਤੁਹਾਨੂੰ ਪਤਾ ਹੈਬਿਚੁਅਲ ਹੋ ਗਈ ਆ, ਕਸਟਮਡ ਹੋ ਗਈ ਆ, ਵੀ ਜਿਹੜੀਆਂ ਸਰੀਆਂ ਸਪਰੇਆਂ 'ਤੇ ਡਿਪੈਂਡੈਂਟ ਹੋ ਗਈ ਆ, ਕੁਛ ਨਾ ਕੁਛ ਜਿਹੜਾ ਉਹਨਾਂ ਦੇ ਵਿੱਚ ਘਾਟ ਜਿਹੜੀ ਹੁੰਦੀ ਹੈ, ਕਿਉਂਕਿ ਖੇਤ ਜਦੋਂ ਹੁੰਦਾ, ਖੇਤ ਦੇ ਵਿੱਚ ਕੋਈ ਚੀਜ਼ ਆਪਾਂ ਬੀਜਦੇ ਹਾਂ, ਉਹਦੇ ਵਿੱਚ ਆਪਾਂ DAP ਪਾਉਂਦੇ ਹਾਂ, ਯੂਰੀਆ ਪਾਉਂਦੇ ਹਾਂ, ਫਿਰ ਸਪਰੇਆਂ ਕਰਦੇ ਹਾਂ ਜੀ, ਕੋਈ ਵੀ ਫਸਲ ਹੈ ਜਿਵੇਂ ਕੋਈ ਸਬਜ਼ੀਆਂ ਵਾਲਾ ਕੋਈ ਬੂਟਾ, ਉਹਨੂੰ ਆਪਾਂ ਵਧਾਉਣ ਵਾਸਤੇ ਸਪਰੇਅ ਕਰਦੇ ਹਾਂ, ਗਰੋਥ ਵਾਲੀਆਂ ਕਰਦੇ ਹਾਂ, ਜਾਂ ਫੰਗੀ ਸਾਈਡ ਇਨਸੈਕਟੀਸਾਈਡ ਕਰਦੇ ਹਾਂ। ਸੋ ਇੱਥੇ ਇਹਨਾਂ ਨੂੰ ਕੁਛ ਨਹੀਂ ਮਿਲ ਰਿਹਾ, ਸ਼ਾਇਦ ਮੇ ਵੀ ਤਾਂ ਜਿਹੜੀ ਇਹਨਾਂ ਦੀ ਗਰੋਥ ਘੱਟ ਹੈ, ਅਤੇ ਤਾਂ ਜਿਵੇਂ ਬੂਟੇ ਵਗੈਰਾ ਮੁਰਝਾ ਰਹੇ ਆ, ਕਿਉਂਕਿ ਆਦੀ ਹੋ ਗਏ ਨਾ ਜੀ, ਕੋਈ ਵੀ ਫਸਲਾਂ ਆਦੀ ਹੁੰਦੀਆਂ ਜਾਂਦੀਆਂ ਸੀ। ਹੁਣ ਆਪਾਂ ਮਿੱਟੀ ਨੂੰ ਖੇਤ ਨਾਲੋਂ ਅੱਡ ਇਹਨੂੰ ਕੀਤੀ ਨੂੰ ਤਕਰੀਬਨ 7-8 ਮਹੀਨੇ ਮੇਰੇ ਹਿਸਾਬ ਨਾਲ ਹੋ ਗਏ ਆ ਜੀ, ਅਤੇ ਉਹਦੇ ਕਰਕੇ ਫਿਰ ਥੋੜ੍ਹਾ ਜਿਹਾ ਤਾਂ ਵੀ ਫਰਕ ਪੈਂਦਾ ਜੀ, ਜਿਵੇਂ ਆਪਾਂ ਵੇਖੀਏ ਵੀ ਹੁਣ ਜਿਵੇਂ ਵਾਧਾ ਘੱਟ ਹੁੰਦਾ ਪਾਲਕ ਬੀਜੀ। ਵੈਸੇ ਜਿਹੜੀ ਜਿਹੜੇ ਬੂਟੇ ਠੀਕ ਨੇ ਪਾਲਕ ਦੇ ਮੇਥੀ ਦੇ, ਉਹਨਾਂ ਦੀ ਗਰੋਥ ਬਿਲਕੁਲ ਠੀਕ ਹੋ ਰਹੀ ਆ, ਜਿਹੜੇ ਬਿਲਕੁਲ ਮੁਰਝਾ ਗਏ ਉਹ ਮੁਰਝਾ ਗਏ ਜੀ। ਸੋ ਇਹ ਰਿਵਿਊ ਆ। ਵੈਸੇ ਮੇਰੇ ਹਿਸਾਬ ਨਾਲ ਜਦੋਂ ਆਪਾਂ ਔਰਗੈਨਿਕ ਸਬਜ਼ੀਆਂ ਸ਼ੁਰੂ ਕਰ ਦਿੰਦੇ ਹਾਂ ਜੀ ਬੀਜਣੀਆਂ ਛੱਤ 'ਤੇ, ਗਰੋਅ ਬੈਗਾਂ ਜਾਂ ਆਪਣੇ ਖੇਤ ਵੀ, ਤਾਂ ਆਪਾਂ ਨੂੰ ਪ੍ਰੋਸੈਸ ਜਿਹੜਾ ਉਹ ਇਕੱਲਾ ਦੇਖ ਲੈਣਾ ਚਾਹੀਦਾ। ਨੈੱਟ 'ਤੇ ਅੱਜ ਕੱਲ੍ਹ ਬੜਾ ਕੁਛ ਪਿਆ ਹੋਇਆ, ਜਿਵੇਂ ਵੀਡੀਓਜ਼ ਤੋਂ ਪਤਾ ਲੱਗ ਜਾਂਦਾ, ਨੌਲੇਜ ਵੈਸੇ ਵੀ ਆਪਾਂ ਸਰਚ ਵਗੈਰਾ ਕਰ ਸਕਦੇ ਇੰਟਰਨੈਟ 'ਤੇ ਇਹਨਾਂ ਨੂੰ। ਉਵੇਂ ਜਿਹੀਆਂ ਚੀਜ਼ਾਂ ਜਿਵੇਂ ਨਿੰਮ ਖੜੀ ਹੋ ਗਈ, ਹਾਂਜੀ, ਅਤੇ ਐਪਸਮ ਸਾਲਟ ਵੀ ਵਿੱਚ ਪਾਇਆ ਜਾਂਦਾ ਕਿਸੇ ਵੇਲੇ, ਹੈ ਨਾ ਜੀ, ਜਦੋਂ ਇਹਨਾਂ 'ਚ ਮਤਲਬ ਬੂਟੇ ਕਮਜ਼ੋਰ ਹੋਣ ਲੱਗ ਜਾਂਦੇ, ਪੱਤੇ ਪੀਲੇ ਹੋ ਜਾਂਦੇ ਆ, ਕਲੋਰੋਫਿਲ ਵਾਸਤੇ ਜੀ,
ਕਲੋਰੋਫਿਲ ਵਧਾਉਣ ਵਾਸਤੇ ਇਹਨਾਂ ਦੇ ਵਿੱਚ, ਅਤੇ ਬਾਕੀ ਨਿੰਮ ਖਲੀ ਤੁਹਾਨੂੰ ਦੱਸਿਆ ਜੀ, ਅਤੇ ਉਸ ਤੋਂ ਬਾਅਦ ਇੱਕ ਜਿਹੜੀ ਆਪਾਂ ਸਰੋਂ ਦੀ ਖਲ ਹੁੰਦੀ ਹੈ ਉਹਦੀ ਵੀ ਖਾਦ ਬਣਦੀ ਹੈ ਜੀ, ਮਤਲਬ ਉਹ ਲਿਕੁਇਡ 'ਚ ਵੀ ਬਣਾ ਸਕਦੇ ਆਪਾਂ ਅਤੇ ਠੋਸ ਰੂਪ 'ਚ ਵੀ ਆਪਾਂ ਪਾ ਸਕਦੇ ਹਾਂ ਜੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ, ਅਤੇ ਵੈਸੇ ਮੈਨੂੰ ਸ਼ੌਂਕ ਹੈ ਜੀ ਛੱਤ 'ਤੇ ਸਬਜ਼ੀਆਂ ਬੀਜਣ ਦਾ, ਅਤੇ ਆਪਾਂ ਤਾਂ ਕਰਕੇ ਬੀਜੀਆਂ ਨੇ, ਅਤੇ ਪਹਿਲਾਂ ਵੀ ਵਲੌਗ ਕਾਫੀ ਬਣਾ ਕੇ ਪਾਏ ਸੀਗੇ ਜਦੋਂ ਗਰਮੀਆਂ ਸਬਜ਼ੀਆਂ ਬੀਜੀਆਂ ਸੀਗੀਆਂ। ਸਬਜ਼ੀਆਂ ਜਿਹੜੀਆਂ ਗਰਮੀ ਦੀਆਂ ਬੀਜੀਆਂ ਸਟਾਰਟਿੰਗ ਦੇ ਵਿੱਚ ਤਾਂ ਵਧੀਆ ਰਹੀਆਂ ਸੀਗੀਆਂ ਜੀ, ਬਾਅਦ ਦੇ ਵਿੱਚ ਆਣ ਕੇ ਥੋੜ੍ਹਾ ਜਿਹਾ ਗਰਮੈਸ਼ ਜ਼ਿਆਦਾ ਪੈਣ ਲੱਗ ਗਈ, ਕੁਛ ਹਨੇਰੀਆਂ ਆ ਗਈਆਂ, ਬੂਟੇ ਉੱਥਲ ਪੁੱਥਲ ਹੋ ਗਏ, ਖਰਾਬ ਹੋ ਗਏ ਸੀਗੇ। ਹੁਣ ਮੌਸਮ ਠੀਕ ਹੈ, ਠੰਡਾ, ਅਤੇ ਤੁਸੀਂ ਵੀ ਦੋਸਤੋ ਇਹਨਾਂ ਇਸ ਮੌਸਮ 'ਚ ਹਲੇ ਵੀ ਸਾਗ, ਪਾਲਕ, ਮੇਥੀ, ਮੂਲੀਆਂ, ਬੈਂਗਣ, ਹਾਂਜੀ ਥੋੜ੍ਹੇ ਚਿਰ ਨੂੰ ਸ਼ਿਮਲਾ ਮਿਰਚਾਂ ਵੀ ਆਪਾਂ ਬੀਜ ਸਕਦੇ ਹਾਂ। ਸੋ ਇਹ ਹੈ ਜੀ ਆਪਣਾ ਅੱਜ ਦਾ ਵਲੌਗ ਜੀ, ਅਤੇ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜੀ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ। ਸਾਰੇ ਵਲੌਗ 'ਚ ਆਪਾਂ ਤੁਹਾਨੂੰ ਇਹ ਦੱਸਿਆ ਵੀ ਜੋ ਜੋ ਕੰਡੀਸ਼ਨ ਆ ਸਬਜ਼ੀਆਂ ਦੀ, ਪਾਲਕ ਦੀ ਕੰਡੀਸ਼ਨ, ਮੇਥੀ ਦੀ ਕੰਡੀਸ਼ਨ, ਬੈਂਗਣਾਂ ਦੀ, ਬੈਂਗਣਾਂ ਦੇ ਬੂਟੇ ਵੀ ਤੁਹਾਨੂੰ ਵਿਖਾ ਦੇ ਵਿੱਚੋਂ 3-4 ਸੁੱਕੇ ਨੇ ਜੀ, ਬਾਕੀ ਸਾਰੇ ਠੀਕ ਰਹੇ। ਇੱਕ ਮੈਂ ਵੇਖਿਆ ਜਦੋਂ ਆਪਾਂ ਇਹਨੂੰ ਕਲਸਟਰ 'ਚ ਲਾ ਦਿੰਦੇ ਹਾਂ ਨਾ, ਇਕੱਠੇ ਸਾਰੇ ਲਾ ਦਿੰਦੇ ਹਾਂ ਜੀ, ਉਦੋਂ ਇਹ ਥੋੜ੍ਹਾ ਜਿਹਾ ਖਰਾਬ ਹੁੰਦੇ ਨੇ। ਜਿਵੇਂ ਅੱਡ ਜਿਹੜੇ ਗਮਲੇ 'ਚ ਲਾਏ ਨੇ ਨਾ ਦੂਰ ਦੂਰ, ਜਿਵੇਂ ਇੱਕ ਗਮਲਾ ਇੱਥੇ ਰੱਖਿਆ ਫਿਰ 2 ਫੁੱਟ 'ਤੇ, 2.5 ਫੁੱਟ 'ਤੇ, ਉਹ ਨਹੀਂ, ਬਿਲਕੁਲ ਖਰਾਬ ਹੁੰਦੇ ਹੈਗੇ। ਸੋ ਇਸ ਤਰ੍ਹਾਂ ਤੁਸੀਂ ਵੀ ਉਗਾ ਸਕਦੇ ਹੋ ਜੀ, ਆਪਾਂ ਤੁਹਾਨੂੰ ਦੱਸ ਸਕਦੇ ਹਾਂ ਜੀ, ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਹੈ ਹਰੇਕ ਚੀਜ਼ ਵਧੀਆ ਦੱਸਣ ਦੀ। ਬਾਕੀ ਇਹ ਆ ਵੀ ਜਦੋਂ ਵੀ ਆਪਾਂ ਇਹਨਾਂ ਨੂੰ ਕੋਈ ਦੇਸੀ ਖਾਦ ਜਿਵੇਂ ਔਰਗੈਨਿਕ ਖਾਦ ਕਹਿ ਲਈਏ, ਉਹ ਰੂੜੀ ਵਗੈਰਾ ਜਦੋਂ ਵੀ ਪਾਵਾਂਗੇ ਉਦੋਂ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਾਉਣੀ ਹੈ, ਮੇਰੀ ਕੋਸ਼ਿਸ਼ ਰਹੂਗੀ ਵੀਡੀਓ ਬਣਾਉਣ ਦੀ। ਸੋ ਠੀਕ ਹੈ ਦੋਸਤੋ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਲੌਗ ਦੇਖਣ ਲਈ।